ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਵਾਸਤੇ ਬਹੁਤ ਹੀ ਵੱਡੀ ਅਪਡੇਟ ਹੁਣੀ ਹੁਣੀ ਆਈ ਹੈ ਕਰੋਨਾ ਵਾਇਰਸ ਦੀ ਦੂਜੀ ਲਹਿਰ ਚ ਕਿਵੇਂ ਹੋਣਗੀਆਂ ਪ੍ਰੀਖਿਆਵਾਂ ਜਾਨੋ ਬੋਰਡ ਦਾ ਨਵਾਂ ਫੈਸਲਾ ਕਰੋਨਾ ਵਾਇਰਸ ਦੀ ਦੂਜੀ ਲਹਿਰ ਮਗਰੋਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਬਾਰੇ ਸਕੂਲ ਸਿੱਖਿਆ ਵਿਭਾਗ ਨੇ ਸਪਸ਼ਟ ਕਰ ਦਿੱਤੀ ਹੈ ਵਿਭਾਗ ਵੱਲੋਂ ਨਾਨ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ 15 ਮਾਰਚ ਤੋਂ ਲਈਆਂ ਜਾ ਰਹੀਆਂ ਹਨ ਇਹ ਪ੍ਰੀਖਿਆਵਾਂ ਮ ਸਵੇਰੇ ਸ਼ਾਮ ਦੇ ਸੈਸ਼ਨ ਦਰਾਂ ਸ਼ਿਫਟਾਂ ਵਿੱਚ ਕਰਾਉਣ ਦਾ ਫੈਸਲਾ ਲਿਆ ਹੈ ਦੇਖੋ 5:12 ਮਿੰਟ ਤੇ ਜਿਹੜੀ ਖਬਰ ਆਈ ਹੈ ਠੀਕ ਹੈ ਸੌਰੀ 5:12 ਦੇ ਪੀਐਮ ਖਬਰਾਂ ਇਹਨਾਂ ਕਿ ਹੁਣੀ ਸਿੱਖਿਆ ਵਿਭਾਗ ਵੱਲੋਂ ਸੂਬੇ ਵਿੱਚ ਕਰੋਨਾ ਮਹਾਮਾਰੀ ਦੇ ਵਾਧੇ ਖਤਰੇ ਦੌਰਾਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇ ਨਜ਼ਰ ਸਾਰੇ ਏਜਮਾਤਾਂ ਦੇ ਵਿਦਿਆਰਥੀਆਂ ਨੂੰ ਘਰਾਂ ਵਿੱਚ ਹੀ ਰਹਿ ਕੇ ਪੇਪਰਾਂ ਦੀ ਤਿਆਰੀ ਕਰਨ ਦੀ ਹਦਾਇਤ ਦਿੱਤੀ ਗਈ ਹੈ ਇਸ ਦੌਰਾਨ ਪਹਿਲੀ ਤੋਂ ਚੌਥੀ 6ਵੀਂ 7ਵੀਂ 9ਵੀਂ 11ਵੀਂ ਦੀਆਂ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੀ 71 ਤੱਕ ਘੱਟ ਕਰਨ ਦੇ ਲਈ ਪ੍ਰੀਖਿਆਵਾਂ ਸ਼ਿਫਟਾਂ ਵਿੱਚ ਲੈਣ ਲਈ ਭਾਗ ਵੱਲੋਂ ਮੌੜ ਸੋਧੀ ਹੋਈ ਡੇਟਸ਼ੀਟ ਜਾਰੀ ਕੀਤੀ ਗਈ ਹੈ। ਸੋਧੀ ਡੇਟਸ਼ੀਟ ਅਨੁਸਾਰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ 20 ਮਿੰਟ ਦੀ ਬ੍ਰੇਕ ਉਪਰੰਤ 12:20 ਤੋਂ ਲੈ ਕੇ 3:20 ਤੱਕ ਸ਼ਾਮ ਦਾ ਸੈਸ਼ਨ ਹੋਵੇਗਾ। ਸਕੈਂਡਰੀ ਸਕੂਲਾਂ ਦੇ 6ਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸਵੇਰੇ ਦੇ ਸੈਸ਼ਨ ਦੌਰਾਨ 9 ਵਜੇ ਤੋਂ ਦੁਪਹਿਰੇ 12 ਵਜੇ ਤੱਕ ਹੋਵੇਗੀ। ਜਦਕਿ 7ਵੀਂ ਤੇ 9ਵੀਂ ਹਿੰਦੀ ਵਿਦਿਆਰਥੀਆਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਬਾਅਦ ਦੁਪਹਿਰ 12:20 ਤੋਂ ਲੈ ਕੇ 3:20 ਤੱਕ ਹੋਵੇਗੀ। ਪ੍ਰੀਖਿਆ ਪ੍ਰਾਇਮਰੀ ਸਕੂਲਾਂ ਦੀ ਤੀਜੀ ਤੋਂ ਚੌਥੀ ਅਤੇ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸਵੇਰੇ ਦੇ ਸੈਸ਼ਨ 9:00 ਤੋਂ 12:00 ਤੱਕ ਅਜਦਕੇ ਪਹਿਲੀ ਅਤੇ ਦੂਜੀ ਦੇ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਸ਼ਾਮ ਦੇ ਸੈਸ਼ਨ ਦੌਰਾਨ ਬਾਅਦ ਦੁਪਹਿਰ 12:20 ਤੋਂ 3:20 ਤੱਕ ਹੋਵੇਗੀ। ਇਸ ਦੌਰਾਨ ਕੋਰੋਨਾ ਪੋਜ਼ਿਟਿਵ ਦੀ ਵਜ੍ਹਾ ਨਾਲ ਪ੍ਰੀਖਿਆ ਨਾ ਦੇ ਸਕਣ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਬਾਅਦ ਵਿੱਚ ਨਵੇਂ ਸੈਸ਼ਨ ਪ੍ਰਸ਼ਨ ਪੱਤਰ ਕਰਕੇ ली जाएगी समूह स्कूल स्टाफ और विद्यार्थियों हिंदी माध्यम स्टूडेंट्स के लिए खुशखबरी डॉक्टर पर चल रहा है बफाल ऑफर जहां नौवीं और दसवीं कक्षा का पूरा कोर्स सब्जेक्ट वाइज आपको दिया जा रहा है तीस हजार में नहीं बल्कि तीन हजार में और कक्षा ग्यारहवीं और बारहवीं का पूरा कोर्स पचास हजार में नहीं सिर्फ पाँच हजार में दिया जा रहा है इस कोर्स में आपको मिलेंगे सभी सब्जेक्ट की वीडियो कक्षाएं रोजाना होमवर्क डाउट्स के समाधान टीचर नोटिस पिछले सालों के पेपर क्विज़ और पूरे कोर्स का रिवीजन भी करवाया जाएगा एक मजे की बात और है इसमें आपको 500 के की छूट और मिल जाएगी अगर मेरा कोड जी एस स्टडी आप डालते हो। लिंक डिस्क्रिप्शन में दिया हुआ है कोर्स को जरूर जाकर बाय करें बच्चों बिना किसी देर के लिए मास्क पाना बहुत ही लाजमी होगा विद्यार्थियों पानी की बोतल समेत होर स्टेसनरी समान अपना लिया हाँ जाएगा कमरिया ਅੰਦਰ ਲੱਗੇ ਡੈਸਕਾ ਉੱਪਰ ਸਿਰਫ ਇੱਕ ਵਿਦਿਆਰਥੀ ਬਿਠਾਇਆ ਜਾਵੇਗਾ ਜਦਕਿ ਵਿਦਿਆਰਥੀਆਂ ਦੀ ਗਿਣਤੀ ਅਨਸਾਰ ਡੈਕਸ ਘਟਦੇ ਹਨ ਤਾਂ ਵਿਦਿਆਰਥੀਆਂ ਨੂੰ ਨਿਧਾਰਤ ਦੂਰੀ ਤੇ ਟਾਟ ਉੱਪਰ ਬਰਾਣੜਿਆਂ ਜਾਂ ਖੁੱਲੇ ਵਿੱਚ ਬਿਠਾਇਆ ਜਾ ਸਕੇਗਾ ਮੋਸਟ ਇੰਪੋਰਟੈਂਟ ਨਿਊਜ਼ ਤੁਹਾਡੇ ਵਾਸਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ ਕਿਉਂਕਿ ਪੀਡੀਐਫ ਫਾਈਲਾਂ ਪੇਪਰ ਦੀਆਂ ਤੇ ਇੰਪੋਰਟੈਂਟ ਕੁਐਸਚਨ ਉੱਥੇ ਹੀ ਮਿਲਦੇ ਨੇ ਲਿੰਕ ਡਿਸਕ੍ਰਿਪਸ਼ਨ ਚ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਟੈਲੀਗ੍ਰਾਮ ਤੇ ਜੇ ਤੁਸੀਂ ਜਾਓਗੇ ਸਰਚ ਕਰੋਗੇ ਜੀਐਸ ਸਟੇਟ ਟਿਪਸ ਤੁਹਾਨੂੰ ਮਿਲ ਜੂਗਾ ਠ